ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਰਪੱਖ ਟਾਕ ਵਿਦ ਪ੍ਰੋਫੈਸਰ ਮਨਜੀਤ ਸਿੰਘ ਜੀ। ਖਬਰ ਦੀ ਖਬਰ ਲੈ ਕੇ ਅਸੀਂ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਹਰਜੋਤ ਜੀ। ਜੀ, ਸਭ ਤੋਂ ਜ਼ਰੂਰੀ ਗੱਲ ਕਰਨੀ ਅੱਜ ਬਣਦੀ ਹੈ ਉਸ ਖਬਰ ਦੇ ਉੱਪਰ ਜਿਸ 'ਤੇ ਕਈ ਦਿਨਾਂ ਤੋਂ ਚਰਚਾ ਵਿੱਚ ਸੀ, ਪੂਰਾ ਦੇਸ਼ ਹੀ ਨਹੀਂ ਬਲਕਿ ਬਾਹਰ ਮੁਲਕਾਂ ਤੱਕ ਵੀ ਸਾਡਾ ਦੇਸ਼ ਦਾ ਜੋ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਨਜ਼ਰ ਆ ਰਹੀ ਸੀ, ਅਤੇ ਅਖੀਰ ਇੱਕ ਐਨਕਾਊਂਟਰ ਹੁੰਦਾ ਅਤੇ ਪੂਰੇ ਦੇਸ਼ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਜਾਂਦੀ ਹੈ ਕਿ ਕਾਨੂੰਨ ਦੇ ਜ਼ਰੀਏ ਨਹੀਂ ਲੇਕਿਨ ਇੱਕ ਐਨਕਾਊਂਟਰ ਦੇ ਜ਼ਰੀਏ ਜੋ ਸਹੀ ਇਨਸਾਫ ਮਿਲਦਾ ਨਜ਼ਰ ਆ ਰਿਹਾ ਆਮ ਜਨਤਾ ਦੀ ਨਜ਼ਰ ਤੋਂ। ਪਰ ਇਸਦੇ ਪਿੱਛੇ ਹੁਣ ਕਈ ਪੋਲੀਟੀਕਲ ਪਾਰਟੀਆਂ, ਕਈ ਪੋਲੀਟੀਕਲ ਬੰਦੇ ਜੋ ਸਾਹਮਣੇ ਨਜ਼ਰ ਆ ਰਹੇ ਨੇ, ਇਸਦਾ ਵਿਰੋਧ ਵੀ ਕੀਤਾ ਜਾ ਰਿਹਾ ਕਿ ਨਹੀਂ, ਇਹ ਐਨਕਾਊਂਟਰ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਜਿੱਥੇ ਅਸੀਂ ਦੇਖੀਏ ਕਿ ਕਿੰਨੀ ਹੈਵਾਨੀਅਤ ਦੇ ਨਾਲ ਇੱਕ ਜੋ ਵੈਟਰਨ ਡਾਕਟਰ ਸੀ ਉਸਨੂੰ ਉਸਦੇ ਨਾਲ ਪਹਿਲਾਂ ਰੇਪ ਕੀਤਾ ਗਿਆ, ਫਿਰ ਉਸਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ, ਸਾੜ ਦਿੱਤਾ ਗਿਆ, ਅਤੇ ਅਖੀਰ ਲੋਕਾਂ ਦੀ ਆਵਾਜ਼ ਸੀ ਕਿ ਕਿਉਂ ਕਾਨੂੰਨ ਦੇ ਵਿੱਚ ਸਾਨੂੰ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਹੈ। ਅਤੇ ਉਸੇ ਦੇ ਚੱਲਦਿਆਂ ਹੁਣ ਹੈਦਰਾਬਾਦ ਪੁਲਿਸ ਵੱਲੋਂ ਜਦੋਂ ਐਨਕਾਊਂਟਰ ਕਰ ਦਿੱਤਾ ਗਿਆ, ਅਤੇ ਇਸ ਤੋਂ ਬਾਅਦ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਨੇ। ਉਹਨਾਂ ਸਾਰੇ ਸਵਾਲਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ, ਅਤੇ ਤੁਹਾਡੇ ਤੋਂ ਇਸੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਮ ਜਨਤਾ ਖੁਸ਼ੀ ਮਨਾ ਰਹੀ ਹੈ, ਹੈਦਰਾਬਾਦ ਦੇ ਵਿੱਚ ਜੋ ਔਰਤਾਂ ਨੇ ਉਹ ਪੁਲਿਸ ਮੁਲਾਜ਼ਮਾਂ ਨੂੰ ਰੱਖੜੀਆਂ ਵੀ ਬੰਨ ਰਹੀਆਂ ਨੇ, ਮਿਠਾਈਆਂ ਖਿਲਾ ਰਹੀਆਂ ਨੇ, ਉਹਨਾਂ ਨੂੰ ਫੁੱਲਾਂ ਦੇ ਹਾਰ ਵੀ ਪਾਏ ਜਾ ਰਹੇ ਨੇ, ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਹੁਣ ਮਹਿਫੂਜ਼ ਹਾਂ ਪੁਲਿਸ ਦੇ ਨਜ਼ਰੀਏ ਤੋਂ। ਪਹਿਲੀ ਗੱਲ ਤਾਂ ਇਹ ਸਮਝੋ ਕਿ ਉਹੀ ਪੁਲਿਸ ਜਿਹੜਾ ਉਹਨਾਂ ਦਾ ਕੇਸ ਦਰਜ ਕਰਨ ਲਈ ਤਿਆਰ ਨਹੀਂ ਸੀ। ਜਦੋਂ ਉਹਨਾਂ ਦੀ ਭੈਣ ਗਈ ਤਾਂ ਉਹਨਾਂ ਨੇ ਕਿਹਾ ਕਿ ਕੁੜੀ ਕਿੱਥੇ ਹੈ, ਸ਼ੰਕੇ ਦੀ ਨਿਗਾਹ ਨਾਲ, ਜਿਵੇਂ ਕਿ ਕਿਤੇ ਗਈ ਹੋਣੀ ਆ, ਜਿਹੋ ਜਿਹਾ ਐਟੀਚਿਊਡ ਪੁਲਿਸ ਦਾ ਹੁੰਦਾ ਹੀ ਹੈ ਕਿ ਔਰਤ ਦਾ ਕੋਈ ਵੀ ਮਾਮਲਾ ਹੋਵੇ, ਪੁਲਿਸ ਪਹਿਲਾਂ ਆਪਣੇ ਸ਼ੱਕ ਸੁਭਾਅ ਅਤੇ ਕਈ ਵਾਰੀ ਤਾਂ ਬੜੇ ਬੇਇੱਜ਼ਤ ਕਰਨ ਵਾਲੇ ਕਮੈਂਟ ਸ਼ੁਰੂ 'ਚ ਹੀ ਦਿੰਦੇ ਆ, ਜਿਹੜੇ ਕਿ ਤਾਂ ਹੀ ਇਹੀ ਕਾਰਨ ਆ ਕਿ ਬਹੁਤ ਸਾਰੀਆਂ ਔਰਤਾਂ ਥਾਣੇ ਜਾਣ ਤੋਂ ਹੀ ਝਿਜਕਦੀਆਂ। ਬਿਲਕੁਲ, ਹੁਣ ਇਹ ਬੰਦੇ ਜਿੱਥੇ ਉਹ ਕਟਹਿਰੇ 'ਚ ਖੜ੍ਹੇ ਸੀ ਕਿ ਤੁਸੀਂ ਲੋਕ ਉਹਨਾਂ ਨੂੰ ਕਹਿ ਰਹੇ ਸੀ ਕਿ ਪੁਲਿਸ ਦੀ ਨਾਕਾਮੀ ਹੈ, ਔਰ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਸੀ, ਜਾਣੀ ਰਾਜਨੀਤਿਕ ਲੋਕਾਂ ਨੂੰ, ਤਾਂ ਉਹੀ ਲੋਕ ਸਾਰੇ ਹੀਰੋ ਬਣ ਗਏ। ਅਤੇ ਇਹਦੇ ਨਾਲੋਂ ਵੱਡਾ ਉਹਨਾਂ ਦੀ ਕਾਮਯਾਬੀ ਹੋਰ ਟੈਕਟੀਕਲ ਕੀ ਹੋਊਗੀ ਕਿ ਜਿਨ੍ਹਾਂ ਨੂੰ ਲੋਕ ਪਰਸਨਾ ਕਰ ਰਹੇ ਸੀ ਉਹਨਾਂ 'ਤੇ ਫੁੱਲਾਂ ਦੇ ਫੁੱਲ ਬਰਸਾਏ ਜਾ ਰਹੇ ਆ, ਰੱਖੜੀਆਂ ਬੰਨੀਆਂ, ਪੁਲਿਸ ਜਿੰਦਾਬਾਦ ਕਿਹਾ ਜਾ ਰਿਹਾ। ਮੌਬ ਮੈਂਟੈਲਿਟੀ ਜਿਹੜੀ ਹੁੰਦੀ ਹੈ ਉਹ ਕਦੀ ਵੀ ਇਨਸਾਫ ਦੀ ਮੈਂਟੈਲਿਟੀ ਨਹੀਂ ਹੋ ਸਕਦੀ। ਉਹ ਤਾਂ ਮੌਬ ਹੈ, ਉਹ ਇੱਕ ਫਾਇਰ ਵਾਂਗੂ ਆ, ਅੱਗ ਜਿਸ ਤਰ੍ਹਾਂ ਛਿੜ ਪਈ ਜੰਗਲ ਨੂੰ, ਉਹਨੇ ਜੋ ਵੀ ਵਿੱਚ ਆ ਗਿਆ ਉਹਨੇ ਸਾੜ ਦੇਣਾ। ਇਹ ਆਪਾਂ ਇੱਥੇ ਜਦੋਂ ਦੇਸ਼ ਦੀ ਵੰਡ ਹੋਈ ਕਿੰਨਾ ਪਿਆਰ ਸੀ ਮੁਸਲਮਾਨਾਂ ਸਿੱਖਾਂ ਦਾ, ਅਤੇ ਜਦੋਂ ਮੌਬ ਮੈਂਟੈਲਿਟੀ ਹੋ ਗਈ ਅਤੇ 10 ਲੱਖ ਦੇ ਲੋਕ ਕਤਲ ਕਰਕੇ ਸੁੱਟ ਦਿੱਤੇ। ਪਰ ਨਹੀਂ, ਮੈਂ ਇੱਥੇ ਤੁਹਾਡੀ ਗੱਲ ਟੋਕਣਾ ਚਾਹੂੰਗੀ ਕਿ ਅਗਰ ਅਸੀਂ ਪਿਛਲੇ ਕੁਛ ਗੱਲ ਕਰੀਏ, ਨਿਰਭਿਆ ਕਾਂਡ ਹੋਇਆ, ਕਿੰਨੀ ਬੇਰਹਿਮੀ ਦੇ ਨਾਲ ਉਸਦੇ ਨਾਲ ਵੀ ਗਲਤ ਕੀਤਾ ਗਿਆ, ਇਸ ਤਰ੍ਹਾਂ ਦੇ ਹੋਰ ਕਈ ਕੇਸ ਹੁੰਦੇ ਆ, ਲੇਕਿਨ ਉਹ ਕੇਸ ਚੱਲਦੇ ਆ ਰਹੇ ਨੇ, ਸਾਲਾਂ ਦਰ ਸਾਲ ਚੱਲਦੇ ਆ ਰਹੇ ਨੇ। ਆਖਿਰ ਇਨਸਾਫ ਦੇ ਵਿੱਚ ਅਗਰ ਦੇਰੀ ਹੈ ਤਾਂ ਹੀ ਆਮ ਜਨਤਾ ਦੀ ਆਵਾਜ਼ ਹੈ ਕਿ ਕਿਉਂ ਇਨਸਾਫ ਵਿੱਚ ਦੇਰੀ ਹੈ, ਕਿਉਂ ਨਹੀਂ ਕੁਛ ਹੀ ਦਿਨਾਂ ਵਿੱਚ ਇਸਦਾ ਇਨਸਾਫ ਹੁੰਦਾ। ਦੇਰੀ ਵਾਲੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਨਾਲ ਇੱਥੇ ਇੱਕ ਹੋਰ ਗੱਲ ਸਮਝੋ, ਕਿਉਂ ਨਿਰਭਇਆ ਔਰ ਜਿਹੜਾ ਹੋਣ ਵਾਲੀ ਲੜਕੀ ਦਾ ਹੈਦਰਾਬਾਦ ਵਾਲਾ ਕੇਸ ਇੰਨਾ ਗਲੋਬਲ ਬਣ ਗਿਆ, ਲੇਕਿਨ ਕੁਲਦੀਪ ਸ਼ੈਂਗਰ ਜਿਹੜਾ ਉਹਨਾਂ ਦਾ MLA ਰਿਹਾ ਹੋਇਆ ਸੀਗਾ ਉਨਾਓ ਤੋਂ, ਉਹਨੇ ਕਿੰਨਾ ਇੱਕ ਦਲਿਤ ਯੰਗ ਲੜਕੀ ਦਾ ਆਪਣੇ ਹੀ ਪਿੰਡ ਦਾ, ਫਿਰ ਉਹਨੂੰ ਐਕਸੀਡੈਂਟ 'ਚ ਮਾਰਨ ਦੀ ਕੋਸ਼ਿਸ਼ ਕੀਤੀ, ਸੁਪਰੀਮ ਕੋਰਟ ਤੱਕ ਗੱਲ ਗਈ, ਔਰ ਉਹਦੇ ਪਿਓ ਨੂੰ ਕਸਟਡੀ 'ਚ ਮਾਰ ਦਿੱਤਾ, ਉਹਨੇ ਖੁਦ ਉਹਦੀ ਸੁਣੀ ਨਹੀਂ ਗਈ ਜਦੋਂ ਉਹ ਆਪਣਾ, ਜਦ ਤੱਕ ਉਹਨੇ ਸੁਇਸਾਈਡ ਕਰ ਆਪਣੇ ਆਪਣੇ ਸੈਲਫ ਇਮੋਲੇਟ ਕਰਨ ਦੀ ਧਮਕੀ ਦਿੱਤੀ, ਉੱਥੇ ਜਾ ਕੇ DC ਦੇ ਗਈ ਸਾਰੇ ਕੁਛ ਤੋਂ ਬਾਅਦ, 2 ਉਹਦੇ ਰੈਲੇਟਿਵ ਉਹਦੇ 'ਚ ਮਾਰੇ ਗਏ ਜਦੋਂ ਐਕਸੀਡੈਂਟ ਹੋਇਆ। ਇੰਨਾ ਕੁਝ ਹੋਣ ਤੋਂ ਬਾਅਦ ਉਹ ਏਡਾ ਵੱਡਾ ਕੇਸ ਕਿਉਂ ਨਹੀਂ ਬਣਿਆ ਬਈ, ਉਹ ਪਾਰਲੀਮੈਂਟ 'ਚ ਡਿਸਕਸ ਕਿਉਂ ਨਹੀਂ ਹੋਇਆ? ਸਿਮਰਤੀ ਇਰਾਨੀ ਅੱਜ ਬਾਹਾਂ ਚੁੱਕ ਚੁੱਕ ਕੇ ਪੂਰਾ ਗੁੱਸੇ ਦਾ ਆਇਓ, ਜਿਵੇਂ ਕਿਤੇ ਅੱਗ ਭਬੂਕਾ ਹੋਈ ਸੀ ਕੱਲ ਇਸ ਕੇਸ 'ਤੇ, ਉਦੋਂ ਕਿਉਂ ਨਹੀਂ ਹੋਇਆ? ਸਵਾਮੀ ਚਿਮਨਿਆਨੰਦ 'ਤੇ ਕਿਉਂ ਨਹੀਂ ਹੋਇਆ? ਬਾਪੂ ਆਸਾਰਾਮ 'ਤੇ ਕਿਉਂ ਨਹੀਂ ਹੋਇਆ? ਇੰਨਾ ਚਿਰ ਡੇਰਾ ਸੱਚਾ ਸੌਦਾ ਵਾਲਾ ਬੈਠਾ ਰਿਹਾ, ਕਿਉਂ ਨਹੀਂ ਹੋਇਆ? ਕਿਉਂ ਨਹੀਂ ਪਾਰਲੀਮੈਂਟ 'ਚ ਹੁੰਦਾ? ਵੋਟਾਂ ਆ। ਇਸ ਕਰਕੇ ਜੋ ਸਾਡੇ ਦੇਸ਼ ਦੇ ਵਿੱਚ ਮੌਬ ਮੈਂਟੈਲਿਟੀ ਹਿਸਟੀਰੀਆ ਜਿਹੋ ਜਿਹਾ ਜਨਰੇਟ ਕੀਤਾ ਜਾਂਦਾ, ਉਹਦੀ ਰਾਜਨੀਤੀ ਅਤੇ ਉਹਦੀ ਸੋਸ਼ੀਆਲੋਜੀ ਅਤੇ ਉਹ ਸਾਰੀ ਸਾਈਕਾਲੋਜੀ ਸਮਝਣ ਦੀ ਲੋੜ ਹੈ, ਔਰ ਉਹਦੇ 'ਚ ਕਿਤੇ ਸਾਰੇ ਰੌਲੇ ਦੇ ਵਿੱਚ ਇਨਸਾਫ ਤੁਹਾਡਾ ਕੁਰਬਾਨ ਨਾ ਹੋ ਜਾਵੇ, ਇਹ ਬੜਾ ਜ਼ਰੂਰੀ ਹੈ। ਹੁਣ
ਇਹ ਕਿਉਂ ਹੋਏ ਦੋਵੇਂ ਕੇਸ? ਨਿਰਭਇਆ ਵਾਲਾ ਜਿਹਦਾ ਤੁਸੀਂ ਨਾਂ ਲਿਆ, ਇੰਨੇ ਜ਼ਿਆਦਾ ਮਿਡਲ ਕਲਾਸ ਸਾਰੀ ਆਈ ਸੀ, ਮੈਂ ਉਸ ਦਰਿੰਦਗੀ ਨੂੰ ਘਟਾ ਕੇ ਨਹੀਂ ਦੇਖ ਰਿਹਾ, ਸਾਨੂੰ ਸਾਰਿਆਂ ਨੂੰ ਦੁਖਿਆ, ਇਨਸਾਫ ਹੋਣਾ ਚਾਹੀਦਾ, ਅੱਜ ਤਾਂ ਇਨਸਾਫ ਪਸੰਦ ਹੈ। ਔਰ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਕਿ ਜਦੋਂ ਕੋਰਟਾਂ 'ਚ ਸਾਡਾ ਕੇਸ ਚੱਲ ਪੈਂਦਾ ਆ, ਉਹ ਐਡਾ ਲੰਬੇ ਹੋ ਜਾਂਦੇ ਆ ਕੇਸ ਕਿ ਇਹ ਲੋਕਾਂ ਨੂੰ ਲੱਗਦਾ ਕਿ ਇਹ ਇਨਸਾਫ ਨਹੀਂ, ਬੇਇਨਸਾਫੀ ਹੈ, ਇਹ ਇੱਕ ਕਿਸਮ ਦੀ ਆਪਣੀ ਤ੍ਰਾਸਦੀ ਹੈ। ਪਰ ਤੁਸੀਂ ਉਸ ਦਾ ਹੱਲ ਕੱਢਣ ਲਈ ਇਹ ਥੋੜ੍ਹੀ ਕਹਿ ਦਿਓਗੇ ਕਿ ਹੁਣ ਪੁਲਿਸ ਹੀ ਆਪਣਾ ਇਨਸਾਫ ਕਰਨ ਲੱਗ ਜੇ। ਇਹ ਤਾਂ ਇੰਨੀ ਇੱਕ ਹਵਾਨੀਅਤ ਪੈਦਾ ਹੋਜੂਗੀ, ਇੰਨੀ ਲੋਲੈਸਨੈਸ ਪੈਦਾ ਹੋਊਗੀ, ਇਹ ਪੁਲਿਸ ਤੱਕ ਨਹੀਂ ਠਹਿਰੂਗੀ, ਲੋਕ ਗਲੀਆਂ ਮੁਹੱਲਿਆਂ ਦੇ ਵਿੱਚ ਆਪ ਇਨਸਾਫ ਕਰਨ ਲੱਗ ਜਾਣਗੇ, ਕੁੱਟਣ ਮਾਰਨ ਲੱਗ ਜਾਣਗੇ, ਇਹਦਾ ਕੋਈ ਅੰਤ ਨਹੀਂ ਹੋਊਗਾ। ਇਨਸਾਫ ਦਾ ਇੱਕ ਪੂਰਾ ਤਰੀਕਾ, ਤੁਸੀਂ ਪਿਛਲੇ ਸਾਰੇ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਇੱਥੇ ਕਿ ਜਿਹੜੀ ਇਹ ਲੜਕੀ ਸੀ, ਇਹ ਵੈਟਨੇਰੀਅਨ ਡਾਕਟਰ ਸੀਗੀ, ਔਰ ਇਸ ਤਰ੍ਹਾਂ ਹੀ ਨਿਰਭਇਆ ਦੇ ਕੇਸ ਵਿੱਚ ਵੀ ਉਹ ਬਿਲਕੁਲ ਬਹੁਤ ਕੋਈ ਗਰੀਬ ਲੜਕੀ ਨਹੀਂ ਸੀ, ਪਰ ਜਿਹੜੇ ਮਾਰਨ ਵਾਲੇ ਆ ਦੋਨੋਂ ਜਗ੍ਹਾ, ਜਿਨ੍ਹਾਂ ਨੇ ਮਾਰਿਆ, ਰੇਪ ਕੀਤਾ, ਸਾਰਾ ਕੁਛ ਜੋ ਵੀ ਦਰਿੰਦਗੀ ਕੀਤੀ, ਉਹ ਬਿਲਕੁਲ ਇੱਥੇ ਟਰੱਕ ਡਰਾਈਵਰ ਅਤੇ ਕਲੀਨਰ, ਅਤੇ ਉਹ ਰਹਿ ਕੇ ਇਹ ਛੱਡੇ ਨਹੀਂ ਜਾਣੇ ਚਾਹੀਦੇ। ਔਰ ਜਦੋਂ ਉਹ ਮਾਰਦਾ, ਜਿਹਦੀ ਕੋਈ ਆਈਡੈਂਟੀ ਨਹੀਂ, ਜਿਹੜਾ ਪਹਿਲਾਂ ਹੀ ਮਰਿਆ ਹੋਇਆ, ਅੱਧ ਮਰਿਆ ਪਹਿਲਾਂ ਹੀ ਆ ਗਰੀਬ ਜਿਹੜਾ, ਉਹਨੂੰ ਮਾਰ ਕੇ ਜਦੋਂ ਤੁਸੀਂ ਪੁਲਿਸ ਮਾਰਦੀ, ਉਹਨਾਂ ਨੂੰ ਹੁੰਦਾ ਕਿ ਇਹ ਕੀ ਕਰ ਲੈਣਗੇ, ਅਤੇ ਗਰੀਬਾਂ ਦੇ ਬੰਦੇ ਇੱਥੇ ਕੀ ਕੇਸ ਬਣਨਾ, ਕੋਈ ਕਿਤੇ ਉਹਨਾਂ ਦੇ ਹੱਕ 'ਚ ਜਿਹੜੀ ਹੈ। ਸਵਾਲ ਇਹ ਹੈ ਕਿ ਬੰਦਾ ਭਾਵੇਂ ਗਰੀਬ ਆ, ਭਾਵੇਂ ਅਮੀਰ ਆ, ਭਾਵੇਂ ਕੋਈ ਮਿਡਲ ਕਲਾਸ ਆ, ਭਾਵੇਂ ਕੋਈ MLA ਆ, ਭਾਵੇਂ ਕੋਈ MP ਹੈ, ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਆ। ਬਿਲਕੁਲ ਸਹੀ ਕਿਹਾ ਤੁਸੀਂ, ਕਾਨੂੰਨ ਸਭ ਦੇ ਲਈ ਬਰਾਬਰ ਹੈ। ਅਤੇ ਜਿੱਥੇ ਇੱਕ ਪਾਸੇ ਇਸ ਐਨਕਾਊਂਟਰ ਨੂੰ ਲੈ ਕੇ ਕੁਛ ਇਸਦੀ ਸਹਿਮਤੀ ਵੱਲ ਵੀ ਇਸ਼ਾਰਾ ਕਰਦੇ ਨਜ਼ਰ ਆ ਰਹੇ ਨੇ, ਕੁਛ ਇਸਦਾ ਵਿਰੋਧ ਕਰਦੇ ਵੀ ਨਜ਼ਰ ਆ ਰਹੇ ਨੇ, ਉੱਥੇ ਹੀ ਕੁਛ ਗੱਲਾਂ ਅਜਿਹੀਆਂ ਵੀ ਸੁਣਨ ਨੂੰ ਆ ਰਹੀਆਂ ਨੇ ਕਿ ਸ਼ਾਇਦ ਜੋ ਦੇਸ਼ ਦੀ ਜਨਤਾ ਹੈ ਉਸਦਾ ਧਿਆਨ ਦੇਸ਼ ਦੇ ਅਸਲ ਮੁੱਦਿਆਂ ਤੋਂ ਹਟਾਉਣ ਲਈ ਇਹ ਕੁਛ ਸ਼ਾਇਦ ਇਸ ਕਰਕੇ ਕਰਵਾਇਆ ਗਿਆ। ਹਾਂ, ਇਹ ਇੱਕ ਗੱਲ ਜ਼ਰੂਰ ਹੈ ਕਿ ਪਾਰਲੀਮੈਂਟ ਦੇ ਵਿੱਚ ਹੁਣ ਬਹੁਤ ਸਾਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ, ਔਰ ਇਹੋ ਜਿਹੇ ਬਿੱਲ ਲਿਆਉਣੇ ਆ, ਜਿਵੇਂ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਆ ਰਿਹਾ, ਸੋਮਵਾਰ ਨੂੰ ਪਰਸੋਂ ਨੂੰ ਆ ਜੂਗਾ, ਔਰ ਉਹਦੇ ਨਾਲ ਦੇਸ਼ ਦਾ ਜੋ ਸਾਡਾ ਭਾਈਚਾਰਾ ਆ ਉਹ ਜਿੰਨੇ ਵੱਡੇ ਪੱਧਰ 'ਤੇ ਇੱਕ ਦੂਜੇ ਨਾਲ ਖਹਿਬਾਜੀ ਅਤੇ ਜਿਹੜੀ ਇੱਕ ਦੂਜੇ ਨਾਲ ਨਫ਼ਰਤ ਬੀਜੀ ਜਾਊਗੀ, ਔਰ ਇੱਕ ਦੂਜੇ 'ਤੇ ਬੇਵਿਸ਼ਵਾਸੀ, ਬੇਭਰੋਸਗੀ ਪੈਦਾ ਕੀਤੀ ਜਾਊਗੀ, ਇਹ ਜਿੰਨੇ ਸਾਡੇ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਅਸੀਂ 60-70 ਸਾਲ ਲਾ ਕੇ ਅੱਜ ਤੱਕ ਬਚਾਏ ਸੀਗੇ, ਉਹ ਸਾਰੇ ਦੇ ਸਾਰੇ ਇਸ ਤਰ੍ਹਾਂ ਪੋਲਰਾਈਜ਼ ਹੋ ਜਾਣਗੇ ਕਿ ਮੈਨੂੰ ਇਉਂ ਲੱਗਦਾ ਕਿ ਡਾਕਟਰ ਵੀ ਕਿਤੇ ਗੌਰਮੈਂਟ ਡਾਕਟਰ, ਮੈਂ ਪ੍ਰਾਈਵੇਟ ਦੀ ਨਹੀਂ ਗੱਲ ਕਰ ਰਿਹਾ, ਆ ਕੇ ਇੰਝ ਸੋਚਣ ਲੱਗ ਜੇ ਵੀ ਇਹ ਜਿਹੜੀ ਗੋਲੀ ਲੱਗੀ ਹੈ ਜਾਂ ਜਿਹੜਾ ਬਿਮਾਰ ਆ ਇਹ ਮੁਸਲਮਾਨ ਆ, ਇਹ ਸਿੱਖ ਆ, ਇਹ ਕਿਤੇ ਕੀ ਹੈ, ਇੰਨੀ ਤੱਕ ਪੋਲਰਾਈਜੇਸ਼ਨ ਹੋ ਜੂਗੀ। ਇਹ ਗੱਲ ਪ੍ਰੈਕਟੀਕਲੀ ਮੈਨੂੰ ਇੱਕ ਡਾਕਟਰ ਨੇ ਦੱਸੀ, ਉਹ ਕਹਿੰਦਾ ਇਹ ਤਾਂ ਮਨ ਵਿੱਚ ਤਾਂ ਕਿਤੇ RSS ਦੇ, ਖਾਸ ਕਰਕੇ ਉਹਨੇ ਨਾਂ ਲੈ ਕੇ ਦੱਸੀ, ਉਹ ਖੁਦ ਡਾਕਟਰ ਜਿਹੜਾ ਐਕਟੀਵਿਸਟ ਡਾਕਟਰ ਹੈਗਾ, ਉਹ ਕਹਿੰਦਾ ਮੈਂ ਜਦੋਂ ਡਾਕਟਰ ਸੀਗਾ ਤਾਂ ਮੈਨੂੰ RSS ਦੇ ਕਿਸੇ ਬੰਦੇ ਨੇ ਆ ਕੇ ਹੌਲੀ ਜਿਹੀ ਕਿਹਾ, ਕੋਈ ਨਹੀਂ, ਕੋਈ ਸਰਦਾਰ ਸੀ, ਉਹਨੂੰ ਗੋਲੀ ਲੱਗੀ ਸੀ ਉਹ ਖੜਕੂਵਾਦ ਦੇ ਦੌਰਾਨ, ਕਿ ਕੋਈ ਨਹੀਂ, ਇਹਨੂੰ ਥੋੜ੍ਹਾ ਜਿਹਾ ਹੋ ਲੈਣ ਦਿਓ, ਮਤਲਬ ਜੇ ਹਾਏ ਹਾਏ ਕਰਦਾ ਕੁਛ ਕਰ ਲੈਣ ਦਿਓ, ਅਤੇ ਉਹਨੇ ਉਸਨੂੰ ਦਬਕਾਇਆ ਕਿ ਮੈਂ ਡਾਕਟਰ ਹਾਂ, ਮੇਰਾ ਧਰਮ ਮਰੀਜ਼ ਨੂੰ ਬਚਾਉਣਾ। ਮੈਨੂੰ ਇਹ ਡਰ ਆ ਕਿ ਜਦੋਂ ਇਸ ਕਿਸਮ ਦੀਆਂ ਜ਼ਿਆਦਾ ਇੱਕ ਦੂਜੇ ਨਾਲ ਨਫ਼ਰਤ ਅਤੇ ਭਾਵਨਾਵਾਂ ਵਿੱਚ ਬਹਿਣ ਦੇ ਵਿੱਚ ਅਸੀਂ ਹੋਰ ਲੀਡਰ ਉਹਨਾਂ ਨੂੰ ਬਚਾਉਣ ਦੀ ਜਗ੍ਹਾ, ਲੋਕਾਂ ਨੂੰ ਉਹਨਾਂ ਨੂੰ ਸ਼ਾਂਤ ਕਰਨ ਦੀ ਜਗ੍ਹਾ, ਉਹਨਾਂ ਨੂੰ ਅਸਲੀਅਤ ਦੱਸਣ ਦੀ ਜਗ੍ਹਾ ਆਪ ਨਾਲ ਉਹਨਾਂ ਨੂੰ ਲੀਡ ਕਰਨ ਲੱਗ ਜਾਂਗੇ, ਤਾਂ ਮੌਬ ਲਿੰਚਿੰਗ, ਮੌਬ ਜਿਹੜਾ ਹਿਸਟੀਰੀਆ ਇੰਨਾ ਹੋ ਜਾਂਦਾ ਕਿ ਫਿਰ ਉਸ ਅੱਗ ਨੂੰ ਕੰਟਰੋਲ ਕਰਨਾ ਇਹਨਾਂ ਲੋਕਾਂ ਦੇ ਵੀ ਵੱਸ 'ਚ ਨਹੀਂ ਰਹੂ, ਇਹ ਤਾਂ ਜਹਾਜ਼ ਫੜ ਕੇ ਬਾਹਰ ਚਲੇ ਜਾਣਗੇ ਅਤੇ ਲੋਕ ਇੱਥੇ ਇੱਕ ਦੂਜੇ ਦਾ ਸਿਰ ਕੱਟਦੇ ਫਿਰਨਗੇ। ਇਸ ਗੱਲ ਦਾ ਅਨੈਲਿਸਿਸ, ਇੱਕ ਮੈਂ ਅਨੈਲਿਸਿਸ ਪਹਿਲਾਂ ਹੀ ਦੱਸਿਆ ਕਿ ਜਿੱਥੇ ਕੋਈ ਮਿਡਲ ਕਲਾਸ ਵਿਕਟਮ ਹੁੰਦਾ ਆ, ਔਰ ਜਿੱਥੇ ਗਰੀਬ ਉਹਦੇ ਜਿਹੜੇ ਕਲਪਰੇਟ ਹੁੰਦੇ ਆ, ਦੋਸ਼ੀ ਹੁੰਦੇ ਆ, ਉੱਥੇ ਇਹੋ ਜਿਹਾ ਜ਼ਿਆਦਾ ਇੱਕ ਪੂਰਾ ਸਾਰਾ ਜਿਹੜਾ ਹੱਲਾ ਜੁੱਲਾ ਹੋ ਜਾਂਦਾ, ਜਿਹੜੇ ਜਿੱਥੇ ਪ੍ਰਭਾਵ ਬਹੁਤ ਇਨਫਲੂਐਂਸ਼ੀਅਲ ਲੋਕ ਇਹੋ ਜਿਹੇ ਕਰਦੇ। ਤੁਹਾਨੂੰ ਪਤਾ ਦੇਸ਼ ਦੇ ਅੰਦਰ ਇਸ ਵੇਲੇ ਵੀ 70-80 ਐਵਰੇਜ ਜਿਹੜੇ ਆ ਡੇਲੀ ਰੇਪ ਹੋ ਰਹੇ ਆ, ਉਹ ਕਿੰਨੇ ਕੁ ਇੱਥੇ ਸਾਹਮਣੇ ਆਉਂਦੇ ਆ। ਕਠੂਏ ਵਾਲੇ ਦੇ ਕੇਸ ਦੇ ਵਿੱਚ ਕੀ ਹੋਇਆ ਸੀ, ਜਿਹੜੇ ਗਰੀਬ ਲੜਕੀ ਦਾ ਹੋਇਆ ਸੀ, ਉਹ 7 ਸਾਲ ਦੀ ਮੰਦਰ ਦੇ ਕੰਪਲੈਕਸ ਦੇ ਵਿੱਚ ਹੋਇਆ, ਔਰ ਜਿਹੜੇ ਜਾ ਕੇ ਵਕੀਲ ਜੰਮੂ ਦੇ ਉਹਦੇ ਹੱਕ 'ਚ ਜਿਹੜੇ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਹੱਕ 'ਚ ਮੁਜ਼ਾਹਰੇ ਕਰ ਰਹੇ ਸੀ ਕਿ ਨਹੀਂ ਨਹੀਂ ਜੀ ਇਹ ਤਾਂ ਨਿਰਦੋਸ਼ ਆ, ਇਹਨਾਂ ਨਾਲ ਧੱਕਾ ਹੋ ਰਿਹਾ। ਇਹ ਆ ਦੇਸ਼ ਦੇ ਵਿੱਚ ਇਨਸਾਫ ਦੇ ਜਿੱਥੋਂ ਆਉਣਾ ਇਨਸਾਫ। ਇਨਸਾਫ ਦੇਖੋ ਇੱਕ ਪੂਰਾ ਸਿਸਟਮ ਆ, ਇਹ ਤਾਂ ਕੋਰਟ ਕਚਹਿਰੀਆਂ ਹੈਗੀਆਂ, ਪੁਲਿਸ ਦਾ ਕੰਮ ਆਪਣਾ ਕਰਨਾ ਚਾਹੀਦਾ, ਪੁਲਿਸ ਆਪਣਾ ਕੰਮ ਤਾਂ ਕਰਦੀ ਨਹੀਂ, ਪੁਲਿਸ ਤਾਂ ਪੁੱਠੇ ਕੰਮ ਕਰਦੀ ਆ, ਜੋ ਰਾਜਨੀਤਿਕ ਲੋਕ। ਮੈਂ ਤੁਹਾਨੂੰ ਇੱਥੇ ਇੱਕ ਇੱਥੇ ਜ਼ਰੂਰ ਇੰਸਟੈਂਸ ਦੇਣਾ ਚਾਹੁੰਦਾ ਹਾਂ, ਪ੍ਰਕਾਸ਼ ਸਿੰਘ ਫੋਰਮਰ DGP
ਡਾਇਰੈਕਟਰ ਜਨਰਲ ਆਫ ਪੁਲਿਸ ਯੂਪੀ IPS ਅਫਸਰ ਕੱਲ੍ਹ ਉਹਨੇ ਇੰਟਰਵਿਊ 'ਚ ਕਿਹਾ ਕਿ ਮੈਂ ਕਰਨਾਟਕਾ ਪੁਲਿਸ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ ਔਰ ਇਹ ਪੁਲਿਸ ਉੱਥੇ ਵਿਕੀ ਹੋਈ ਆ ਰਾਜਨੀਤਿਕ ਲੋਕਾਂ ਕੋਲ ਔਰ ਜੋ ਰਾਜਨੀਤਿਕ ਲੋਕ ਇਹਨਾਂ ਨੂੰ ਕਹਿੰਦੇ ਆ ਉਹ ਕਰਦੇ ਆ। ਤੁਹਾਨੂੰ ਮੈਂ ਦੱਸਾਂ ਕਿ ਇਹ ਬੰਦੇ ਨੇ ਜੀ ਜਿਹੜਾ ਇਹਦਾ ਸਜਾਨਾਰ ਕਿਆ ਨਾਂ ਹੈਗਾ ਇਸ ਤਰ੍ਹਾਂ ਦਾ ਹੈ ਨਾ VC ਸਜਾਨਾਰ, ਉਸ IPS ਅਫਸਰ ਨੇ 3 ਵਾਰੀ ਇਹ ਕੰਮ ਪਹਿਲਾਂ ਵੀ ਕਰ ਚੁੱਕਾ, ਇਹ 3ਜਾ ਇਨਕਾਊਂਟਰ ਆ ਔਰ 3 ਵਾਰੀ ਇੱਕੋ ਹੀ ਸਟੋਰੀ ਹੈਗੀ ਹੈ ਕਿ ਜੀ ਉਹ ਬੰਦੇ ਸੱਸ ਸੀਗੇ, ਉਹਨਾਂ ਨੂੰ ਹੈਂਡਕਫ ਨਹੀਂ ਸੀ, ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਅਸੀਂ ਸਟੋਰੀ ਰੀਕ੍ਰੀਏਟ ਸੀਨ ਕਰਨਾ ਸੀ, ਪਹਿਲੀ ਵਾਰੀ ਜੰਗਲ ਦੇ ਵਿੱਚ ਸੀ, ਦੂਜਾ ਇਹ ਜਿਹੜਾ ਨਕਸਲਾਈਟ ਮਾਰਿਆ ਸੀਗਾ ਇਹ ਕਹਿੰਦੇ ਸੀ ਉਹਨੇ AK-47 ਆਪਣੀ ਗੱਡੀ ਤੋਂ ਹਮਲਾ ਕਰਤਾ, ਔਰ 3ਜੀ ਵਾਰੀ ਬਿਲਕੁਲ ਉਹੀ ਜੋ ਪਹਿਲਾਂ ਕੀਤਾ ਸੀ ਰੇਪ ਕੇਸ ਦਾ 2008 ਵਾਲਾ, 2016 ਇਹ 2019 'ਚ ਕੀਤਾ, ਇਹਨਾਂ ਦੀਆਂ ਤਾਂ ਮੌਜਾਂ ਲੱਗੀਆਂ, ਇਹਨਾਂ ਨੂੰ ਤਾਂ ਪ੍ਰਮੋਸ਼ਨਾਂ ਮਿਲ ਰਹੀਆਂ। ਸੁਪਰੀਮ ਕੋਰਟ ਦੀ ਇਹੋ ਜਿਹੇ ਫਾਲਸ ਇਨਕਾਊਂਟਰ ਦੇਖ ਕੇ ਬੜੀ ਡਿਟੇਲ 15-16 ਪੁਆਇੰਟ ਗਾਈਡਲਾਈਨਸ ਹੈਗੀਆਂ ਕਿ ਇਹਨਾਂ ਦੀ ਹਰ ਇੱਕ ਦੀ ਪ੍ਰੋਪਰ ਇਨਕੁਆਇਰੀ ਹੋਵੇ। ਅੱਜ ਹਾਈ ਜਿਹੜੀ ਉੱਥੋਂ ਦੀ ਹਾਈ ਕੋਰਟ ਆ ਕਰਨਾਟਕਾ ਦੀ, ਉਹਨਾਂ ਨੇ ਕਿਹਾ ਕੀ ਹੋ ਗਿਆ, ਉਹਨਾਂ ਨੇ ਮੰਗ ਕਰਤੀ, ਇਨਕੁਆਇਰੀ ਬਿਠਾ ਦਿੱਤੀ ਆ, ਉਹ ਸਾਰੀ ਤਹਿਕੀਕਾਤ ਤੁਹਾਡੇ ਸਾਹਮਣੇ ਹੋਊਗੀ। ਇਹ ਇਨਕਾਊਂਟਰ ਆ ਨੰਬਰ 1, ਉਹਨਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਨੂੰ। ਫਾਂਸੀ ਲੱਗਣ ਨਾਲ ਮੈਂ ਇਹ ਕਹਿੰਦਾ ਕਿ ਰੇਪ ਨਹੀਂ ਕੱਟਣਗੇ, ਪਰ ਲੋਕਾਂ ਨੂੰ ਚਲੋ ਇਹ ਲੱਗੂਗਾ ਕਿ ਇੱਕ ਬੰਦੇ ਨੇ ਇੰਨਾ ਹੀਨਸ ਕ੍ਰਾਈਮ, ਇੰਨਾ ਬਰਬਰਤਾ ਵਾਲਾ ਕ੍ਰਾਈਮ ਕੀਤਾ, ਅਤੇ ਉਹ ਲੋਕਾਂ ਨੂੰ ਲੱਗੂਗਾ ਕਿ ਕੋਈ ਇਨਸਾਫ ਮਿਲਿਆ, ਕੋਈ ਕਾਨੂੰਨ ਦਾ ਡਰ ਹੋਵੇ। ਪਰ ਇਹ ਤਾਂ ਇਹ ਹੋ ਸਕੂਗਾ ਹਰਜੋਤ, ਕਾਨੂੰਨ ਸਾਡਾ ਤੇਜ਼ੀ ਨਾਲ ਹੋਏ, ਫਾਸਟ ਸਪੀਡ ਹੋਏ, ਚੰਗੇ ਪੁਲਿਸ ਪ੍ਰੋਫੈਸ਼ਨਲ ਢੰਗ ਨਾਲ ਐਵੀਡੈਂਸ ਇਕੱਠੇ ਕਰਨ, ਵੱਡੀ ਖੋਰੀ ਲੈ ਕੇ ਪਰ ਜਿਹੜੇ ਆ ਉਹਨਾਂ ਦੇ ਜਾਂ ਕਿਸੇ ਰਾਜਨੀਤਿਕ ਲੋਕਾਂ ਦੇ ਆਖੇ ਲਾ ਕੇ ਜਿਹੜੇ ਸਬੂਤ ਮਿਟਾਉਣ ਵਾਲਿਆਂ 'ਚ ਨਾ ਹੋ ਜਾਣ। ਜੇ ਪੁਲਿਸ ਆਪਣਾ ਕੰਮ ਕਰ ਰਹੇ ਰਾਜਨੀਤਿਕ ਲੋਕਾਂ ਦੇ ਪ੍ਰਭਾਵ ਤੋਂ ਬਾਹਰ ਹੋ ਕੇ, ਔਰ ਜੇ ਸਾਡੀਆਂ ਕੋਰਟ ਕਚਹਿਰੀਆਂ ਇਹਨਾਂ ਕੇਸਾਂ ਨੂੰ ਪ੍ਰਾਇਓਰਿਟੀ ਦੇ ਬੇਸ 'ਤੇ ਫਾਸਟ ਟਰੈਕ 'ਤੇ ਲੈਣ, ਸਾਲ 6 ਮਹੀਨੇ 2 ਮਹੀਨੇ ਜਿੰਨਾ ਵੀ ਜਿਹੋ ਜਿਹਾ ਵੀ ਕੇਸ ਹੈ ਜਿਸ ਤਰ੍ਹਾਂ ਦਾ ਆ ਉਹਨੂੰ ਲੈਣਾ ਚਾਹੀਦਾ, ਤਾਂ ਮੈਨੂੰ ਲੱਗਦਾ ਕਿ ਉਹ ਜਿਹੜਾ ਸਿਸਟਮ ਹੈ ਉਹ ਜ਼ਿਆਦਾ ਬੈਟਰ ਹੋਊਗਾ, ਇਨਸਟੈਡ ਕਿ ਹੁਣ ਇਹ ਜਿਹੜੇ ਪੁਲਿਸ ਵਾਲੇ ਆ ਉਹ ਆਪ ਹੀ ਇਨਸਾਫ ਦਾ ਤਰਾਜੂ ਆਪਣੇ ਹੱਥ 'ਚ ਫੜ ਲੈਣ, ਅਤੇ ਇਹ ਬਘਿਆੜਾਂ ਨੂੰ ਤੁਸੀਂ ਇਨਸਾਫ ਦਾ ਤਰਾਜੂ ਜੇ ਫੜਾਓਗੇ ਉਹ ਤਾਂ ਉੱਥੇ ਜਿਹੜੇ ਵਕੀਲ ਔਰ ਜਿਹੜੇ ਜੱਜ ਆ ਜਿਹੜੇ ਕਿ ਇਸ ਗੱਲ ਲਈ ਹੀ ਟ੍ਰੇਨਡ ਆ, ਜਿਨ੍ਹਾਂ ਨੇ ਕਿਤੇ ਵੋਟਾਂ ਲੈ ਕੇ ਜਿੱਤਣਾ ਨਹੀਂ ਹੈਗਾ, ਉਹ ਤਾਂ ਸੈਪਰੇਟ ਹੈਗੇ। ਜੇ ਉਹਨਾਂ 'ਤੇ ਵੀ ਲੋਕਾਂ ਦੇ ਸ਼ੰਕਾ ਕਿੰਤੂ ਪਰੰਤੂ ਜੱਜਮੈਂਟਾਂ 'ਤੇ ਹੋ ਰਹੀ ਹੈ, ਜੇ ਇਹਨਾਂ ਨੂੰ ਫੜਾ ਦਿਓਗੇ ਜਿਨ੍ਹਾਂ ਦਾ 24 ਘੰਟੇ ਕੰਮ ਹੀ ਪੁੱਠੇ ਸਿੱਧੇ ਕੰਮ ਕਰਨਾ ਹੈਗਾ, ਐਜ਼ ਏ ਕਲਾਸ ਕਹਿ ਰਿਹਾ, ਇੰਡੀਵਿਜੁਅਲ ਚੰਗੇ ਹੋਣਗੇ ਉਹਨਾਂ 'ਚ ਐਜ਼ ਏ ਪ੍ਰੋਫੈਸ਼ਨ, ਤਾਂ ਉਹਨਾਂ ਦਾ ਤਾਂ ਫਿਰ ਇਨਸਾਫ ਨਹੀਂ। ਤੁਸੀਂ ਤਿਆਰ ਰਹੋ ਕਿ ਤੁਹਾਡੇ ਵੀ ਬੂਹੇ 'ਤੇ ਆਣ ਕੇ ਖੜ੍ਹੇ ਹੋ ਕੇ ਘਰੋਂ ਕਹਿ ਕੇ ਬੱਚੇ ਨੂੰ ਕਿ ਮਾੜੀ ਜਿਹੀ ਤਹਿਕੀਕਾਤ ਕਰਨੀ ਆ, ਅਤੇ ਉੱਥੇ ਜਾ ਕੇ ਗੋਲੀ ਮਾਰ ਦੇਣਗੇ, ਤੁਸੀਂ ਕੁਛ ਨਹੀਂ ਕਹਿ ਸਕੋਗੇ ਕਿਉਂਕਿ ਤੁਸੀਂ ਉਹਨਾਂ ਦੇ ਉੱਤੇ ਫੁੱਲਾਂ ਦੀ ਵਿਚਾਰ ਕੀਤੀ ਹੈ। ਫੁੱਲਾਂ ਮੈਂ ਇਹ ਵੀ ਜ਼ਿਕਰ ਜ਼ਰੂਰ ਕਰ ਦਿੰਦੀ ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ, 2008 ਵਿੱਚ ਸਜਨਾ ਨੇ ਇੱਕ ਅਜਿਹਾ ਹੀ ਮਾਮਲਾ ਕੁਛ ਆਇਆ ਸੀ ਜਿਸਦੇ ਵਿੱਚ ਕੁਝ ਸਟੂਡੈਂਟਸ ਵਿੱਚ ਇੱਕ ਤਰਫਾ ਪਿਆਰ ਦੀ ਗੱਲ ਚੱਲ ਰਹੀ ਸੀ ਅਤੇ ਕੁਝ ਸਟੂਡੈਂਟਸ ਨੇ ਜੋ ਕੁੜੀਆਂ ਉੱਪਰ ਸਟੂਡੈਂਟਸ ਉੱਪਰ ਤੇਜ਼ਾਬ ਸੁੱਟ ਦਿੱਤਾ ਸੀ, ਅਤੇ ਉਸ ਮਾਮਲੇ ਵਿੱਚ ਵੀ ਸਜਨਾ ਨੇ ਜੋ ਸਾਰਾ ਸੀਨ ਰੀਕ੍ਰੀਏਟ ਕਰਦੇ ਹੋਏ ਅਤੇ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਸੀ। ਫਿਲਹਾਲ ਗੱਲ ਸਵਾਲਾਂ ਦੇ ਘੇਰੇ ਵਿੱਚ ਇਸ ਲਈ ਵੀ ਆ ਜਾਂਦੀ ਹੈ, ਹੁਣ ਅਗਰ ਉਨਾਵ ਕੇਸ ਦੀ ਵੀ ਗੱਲ ਕਰੀਏ, ਸ਼ੁੱਕਰਵਾਰ ਰਾਤ ਉਸ ਪੀੜਤਾ ਦੀ ਡੈਥ ਹੋ ਗਈ ਹੋਸਪਿਟਲ ਦੇ ਵਿੱਚ, 90% ਉਹ ਸੜ ਚੁੱਕੀ ਸੀਗੀ। ਪਰ ਗੱਲ ਇੱਥੇ ਆ ਜਾਂਦੀ ਹੈ ਕਿ ਜਦੋਂ ਸ਼ੁਰੂ ਵਿੱਚ ਕੋਈ ਕ੍ਰਾਈਮ ਹੋ ਗਿਆ, ਪਹਿਲੇ ਸਟੈਪ 'ਤੇ ਹੀ ਇੰਨਾ ਸਟਰੋਂਗ ਸਟੈਪ ਕਿਉਂ ਨਹੀਂ ਲਿਆ ਜਾਂਦਾ? ਸਾਡੀ ਕਾਨੂੰਨ ਵਿਵਸਥਾ ਐਵੇਂ ਦੀ ਕਿਉਂ ਨਹੀਂ ਬਣੀ ਹੋਈ ਕਿ ਪਹਿਲੇ ਸਟੈਪ ਦੇ ਵਿੱਚ ਹੀ ਜਿਹੜਾ ਪੀੜਿਤ ਹੈ ਉਸਨੂੰ ਮਹਿਸੂਸ ਹੋਵੇ ਕਿ ਮੇਰਾ ਜੋ ਮੈਂ ਆਪਣਾ ਮੇਰੇ ਨਾਲ ਗਲਤ ਹੋਇਆ, ਜ਼ੁਲਮ ਹੋਇਆ, ਉਹਦੇ ਬਾਰੇ ਦੱਸਿਆ, ਕੰਪਲੇਂਟ ਕਰਵਾਈ, ਉਹਦੀ ਕਾਰਵਾਈ ਸ਼ੁਰੂ ਹੋ ਗਈ, ਤਾਂ ਕਿ ਜਿਹਨੇ ਗਲਤ ਕੀਤਾ ਉਹਨੂੰ ਵੀ ਕੰਨ ਹੋ ਜਾਣ ਕਿ ਹਾਂ ਇੱਥੇ ਦੀ ਵਿਵਸਥਾ ਇੰਨੀ ਮਜ਼ਬੂਤ ਹੈ। ਤੁਹਾਨੂੰ ਕੀ ਲੱਗਦਾ, ਇਹ ਵਿਵਸਥਾ ਮਜ਼ਬੂਤ ਹੁੰਦੀ ਦਿਖਦੀ ਹੈ ਕਾਨੂੰਨ ਵਿਵਸਥਾ ਸਾਡੀ? ਇਹ ਬਹੁਤ ਤੁਹਾਡਾ ਅਹਿਮ ਸਵਾਲ ਆ ਜੀ। ਇੱਕ ਲੋਕਾਂ ਦਾ ਜਿਹੜਾ ਗਿਲਾ, ਮੈਂ ਜਿਹਦੇ ਨਾਲ ਬਾਰ ਬਾਰ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਡਾ ਜਿਹੜਾ ਇਨਸਾਫ ਜਸਟਿਸ ਦੇਣ ਦੀ ਪ੍ਰਕਿਰਿਆ, ਪਹਿਲਾਂ ਤਾਂ ਇਨਸਾਫ ਬਹੁਤਿਆਂ ਨੂੰ ਮਿਲਦਾ ਹੀ ਨਹੀਂ, ਬਿਲਕੁਲ, ਫਿਰ ਉਹ ਮਹਿੰਗਾ ਇੰਨਾ, ਫਿਰ ਉਹ ਗਰੀਬ ਉੱਥੇ ਤੱਕ ਪਹੁੰਚ ਨਹੀਂ ਸਕਦਾ, ਫਿਰ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਪਾਸ ਕਰਨੀਆਂ ਪੈਂਦੀਆਂ, ਪੁਲਿਸ ਦੀ ਜਿਹੜੀ ਬੁਰਸ਼ਾਗਰਦੀ ਆ ਉਹਦਾ ਸਾਹਮਣਾ ਕਰਨਾ ਪੈਂਦਾ, ਫਿਰ ਕੋਰਟਾਂ ਦੇ, ਫਿਰ ਵਕੀਲਾਂ ਦਾ ਲਾਲਚ, ਪਹਿਲਾਂ ਇੱਕ ਭਾਣਾ ਵਰਤ ਚੁੱਕਿਆ ਹੁੰਦਾ, ਜ਼ੁਲਮ ਹੋ ਚੁੱਕਿਆ, ਉਸ ਤੋਂ ਹਰਾਸਮੈਂਟ ਇੱਕ ਅਲੱਗ ਤਰ੍ਹਾਂ ਦੀ ਹੋਰ ਹੋ ਜਾਂਦੀ, ਨਹੀਂ ਫਿਰ ਵਕੀਲਾਂ ਦਾ, ਫਿਰ ਡਾਕਟਰਾਂ ਤੱਕ ਵੀ ਗੱਲ ਪਹੁੰਚੀ ਹੋਈ ਹੈ ਕਿ ਡਾਕਟਰਾਂ ਕੋਲ ਰਿਪੋਰਟ ਸਹੀ ਸਹੀ ਪੋਸਟਮਾਰਟਮ ਦੀ ਜਾਂ ਇਹੋ ਜਿਹੀ ਕੋਈ ਆਉਂਦੀ ਕਿ ਨਹੀਂ ਆਉਂਦੀ, ਉੱਥੇ ਵੀ ਪੁਲਿਸ ਜਾ ਕੇ ਪ੍ਰਭਾਵਿਤ ਕਰਦੇ ਆ। ਇਸ ਕਰਕੇ ਇਹ ਜਿਹੜੀ ਵਿਵਸਥਾ ਇਹ ਤਾਂ ਸੁਧਰਨੀ ਚਾਹੀਦੀ ਆ।
ਪਰ ਜਿਸ ਤਰ੍ਹਾਂ ਇੰਗਲਿਸ਼ ਫਰੇਜ਼ ਹੈ ਕਿ ਡੋਂਟ ਥਰੋ ਬੇਬੀ ਵਿਦ ਦ ਬਾਥ ਵਾਟਰ, ਵੀ ਤੁਸੀਂ ਜੇ ਇਸ ਸਿਸਟਮ ਨੂੰ ਨਾ ਨਕਾਰ ਦਿਓ, ਜੇ ਸਿਸਟਮ ਨਕਾਰ ਦਿਓਗੇ ਤਾਂ ਤੁਸੀਂ ਇੱਕ ਉਹਦੇ ਨਾਲੋਂ ਵੀ ਹੋਰ ਭਿਆਨਕ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਖੁਦ ਔਫਰ ਕਰ ਰਿਹਾ ਕਿ ਸਾਨੂੰ ਉੱਧਰ ਨੂੰ ਲੈ ਜਾਓ, ਅਤੇ ਉਹ ਇਹਦੇ ਨਾਲੋਂ ਵੀ ਉਹ ਜਾਣੀ ਕਿਸੇ ਦੇ ਰੁਕਣ ਵਾਲਾ ਨਹੀਂ। ਇਹ ਸਾਰੇ ਸਿਸਟਮ 'ਚ ਕੀ ਹੋਇਆ, ਮੇਰਾ ਜੋ ਇਹਦਾ ਅਨੈਲਿਸਿਸ ਹੈ ਸਾਡੇ ਹਿੰਦੁਸਤਾਨ ਦੇ ਜੋ ਜਿਸ ਤਰ੍ਹਾਂ ਦੀਆਂ ਵੀ ਗਵਰਨੈਂਸ ਅਤੇ ਐਡਮਿਨਿਸਟ੍ਰੇਸ਼ਨ ਅਤੇ ਗਵਰਨਮੈਂਟਾਂ ਚੱਲਦੀਆਂ, ਸਾਡੇ ਰਾਜਨੀਤਿਕ ਲੋਕਾਂ ਨੇ ਅਰਥ ਵਿਵਸਥਾ 'ਤੇ ਵੀ ਬੜੇ ਬੁਰੇ ਤਰੀਕੇ ਨਾਲ ਆਪ ਕਾਰਪੋਰੇਟ ਘਰਾਣੇ ਬਣੇ ਹੋਏ ਆ ਸਾਡੇ ਪੰਜਾਬ ਦਾ। ਤਾਂ ਘੱਟੋ ਘੱਟ ਮੈਂ ਦੱਸਦਾ ਕਿ ਕਿਹੜੇ ਕਿਹੜੇ ਰਾਜਨੀਤਿਕ ਲੋਕਾਂ ਕੋਲੋਂ ਕਿਹੜੇ ਕਿਹੜੇ ਪ੍ਰੋਪਰਟੀਆਂ ਸਾਰੇ ਪਾਸੇ ਅਤੇ ਜਾਣੀ ਕਾਰਪੋਰੇਟ ਬਣੇ ਹੋਏ ਆ। ਦੂਜੇ ਪਾਸੇ ਉਹਨਾਂ ਨੇ ਆਹ ਜਿਹੜਾ ਨਜਾਇਜ਼ ਮਾਈਨਿੰਗ ਜੇ ਉਹ ਇਹ ਪੈਸਾ ਇਹ ਸਾਰਾ ਕੁਝ ਕਰਨ ਲਈ ਜਿੰਨਾ ਵੀ ਕੁਛ ਹੈ ਅਤੇ ਉਹਨਾਂ ਨੂੰ ਪੁਲਿਸ ਦੀ ਮਦਦ ਚਾਹੀਦੀ ਹੈ, ਬਿਊਰੋਕਰੇਸੀ ਦੀ ਮਦਦ, ਅਫਸਰਸ਼ਾਹੀ ਦੀ ਚਾਹੀਦੀ ਹੈ। ਉਹ ਦੋਵਾਂ ਨੂੰ ਨਾਲ ਰਲਾ ਕੇ ਉਹਨਾਂ ਨੂੰ ਵੀ ਨਾਲ ਰਲਾ ਲਿਆ, ਜਾਣੀ ਸਾਡੀ ਜਿਹੜੀ ਰਾਜਨੀਤਿਕ ਜਮਾਤ ਆ ਉਹ ਇੰਨੀ ਸਟਰੋਂਗ ਹੋ ਚੁੱਕੀ ਆ ਸਾਰੇ ਪਾਸਿਓਂ, ਉਹ ਕਿਸੇ ਕਾਨੂੰਨ ਦੀ ਪਰਵਾਹ ਨਹੀਂ ਕਰਦੀ। ਔਰ ਆਪਣੀ ਜਿਹੜੀ ਇਨਫੋਰਮਲ ਤਾਕਤ ਆ, ਕਾਨੂੰਨ ਦੀ ਦਿੱਤੀ ਹੋਈ ਤਾਕਤ ਨਹੀਂ, ਪੈਸੇ ਦੀ, ਧੱਕੇ ਦੀ, ਰਾਜਨੀਤਿਕ ਸੱਤਾ ਦੀ, ਉਹਨੂੰ ਇੰਨਾ ਜ਼ਿਆਦਾ ਆਪਣੇ ਆਪ ਨੂੰ ਕਰ ਲਿਆ ਦਾਦਾਗਿਰੀ ਦਾ ਕਿ ਉਹ ਕਿਸੇ ਨੂੰ ਨਹੀਂ ਸਮਝਦੇ। ਅਤੇ ਇੱਕੋ ਇੱਕ ਜਗ੍ਹਾ ਸੀ ਜਿੱਥੇ ਸਾਨੂੰ ਆਮ ਜਨਤਾ ਨੂੰ ਥੋੜ੍ਹੀ ਬਹੁਤ ਰਾਹਤ ਆ, ਉਹ ਹੈਗੀਆਂ ਕੋਰਟ ਕਚਹਿਰੀਆਂ, ਜਿੱਥੇ ਇਹਨਾਂ ਦੀ ਸਿੱਧੀ ਸਿੱਧੀ ਕੋਈ ਬਹੁਤੀ ਚੱਲਦੀ ਨਹੀਂ ਕਿਉਂਕਿ ਉਹ ਜਵਾਬ ਦੇਣੀ ਹੈ। ਉੱਥੇ ਵੀ ਜੇ ਇਹਨਾਂ ਨੇ ਸ਼ੋਰਟਕੱਟ ਲੱਭ ਲਿਆ, ਇਹ ਸ਼ੋਰਟਕੱਟ ਹੈਗਾ ਕਿ ਤੁਸੀਂ ਉੱਥੇ ਉਹਨਾਂ ਕੋਲ ਜਾਓ ਹੀ ਨਾ ਜਿੱਥੇ ਸਾਡੀ ਸੁਣੀਦੀ ਨਹੀਂ, ਆ ਪੁਲਿਸ ਨੂੰ ਦਿਓ, ਉਹਨੂੰ 'ਚ ਉਹਨੂੰ ਇੱਕ ਪ੍ਰਮੋਸ਼ਨ ਦੇ ਦਿਓ, ਥੋੜ੍ਹੀ ਜਿਹੀ ਬੱਲੇ ਬੱਲੇ ਕਰ ਦਿਓ, ਅਤੇ ਜਿਹੜੇ ਤੁਹਾਨੂੰ ਜਿੱਥੇ ਲੱਗਦਾ। ਅੱਜ ਕੱਲ੍ਹ ਮੈਨੂੰ ਹੈਰਾਨ ਹੈ ਕਿ ਮਾਇਆਵਤੀ ਨੇ ਕਿਹਾ ਜੀ ਬਹੁਤ ਚੰਗਾ ਹੋਇਆ, ਜੈ ਬੱਚਨ ਨੇ ਕਿਹਾ ਬਹੁਤ ਚੰਗਾ ਹੋਇਆ। ਇਹ ਦੋ ਲੋਕਾਂ ਨੇ ਜਿਹੜਾ ਮੈਨੂੰ ਬੜਾ ਚੰਗਾ ਲੱਗਾ, ਸ਼ਸ਼ੀ ਥਾਰੂਰ, ਉਹਨੇ ਕਿਹਾ ਇਹ ਗਲਤ ਆ, ਧਰਮਵੀਰ ਗਾਂਧੀ ਪੰਜਾਬ 'ਚੋਂ ਕਿਹਾ ਉਹਨਾਂ ਨੇ ਇਹ ਬਿਲਕੁਲ ਗਲਤ ਅਤੇ ਗਲਤ ਤਰੀਕਾ। ਔਰ ਜਿਹੜੀ ਮੇਨਕਾ ਗਾਂਧੀ ਆਫ ਆਲ ਦਾ ਪੀਪਲ, ਉਹਨੇ ਕਿਹਾ ਇਹ ਤਾਂ ਡਾਈਵਰਸਿਟੀ ਆਫ ਜਿਹੜੀ ਹੈ ਇਹ ਟਰੁੱਥ ਹੈ ਜਿਹੜਾ ਸੱਚਾਈ ਹੈ। ਪੀ ਚਿਦੰਬਰਮ ਨੇ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ। ਹਾਂ, ਉਹਨਾਂ ਨੇ ਵਿਰੋਧ ਜਾਂ ਹੱਕ 'ਚ ਨਹੀਂ ਕਿਹਾ, ਚਿਦੰਬਰਮ ਦਾ ਬੜਾ ਨਿਊਟਰਲ ਜਿਹਾ ਬਿਆਨ ਹੈ ਕਿ ਲੈਟ ਇਨਕੁਆਇਰੀ ਹੈ ਨਾ ਟੇਕ ਪਲੇਸ, ਔਰ ਉਹਦੇ ਬਾਅਦ ਜੋ ਆਊਗਾ ਉਹ ਫਿਰ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਇਨਕੁਆਇਰੀ 'ਚੋਂ ਕੀ ਆਉਂਦਾ। ਉਹ ਅਸੀਂ ਵੀ ਕਹਿੰਦੇ ਹਾਂ, ਅਸੀਂ ਨਹੀਂ ਇਹ ਕਹਿੰਦੇ ਕਿ ਜੋ ਅਸੀਂ ਕਹਿ ਰਹੇ ਹਾਂ ਜਾਂ ਜੋ ਸਾਡਾ ਸ਼ੱਕ ਆ, ਇਹ ਪੰਜਾਬ ਦੇ ਅੰਦਰ ਜਾਂ ਹੋਰ ਅਸੀਂ ਦਰਜਣਾ ਇਹੋ ਜਿਹੇ ਫੇਕ ਇਨਕਾਊਂਟਰ ਦੇਖੇ ਆ। ਬਿਲਕੁਲ, ਕਿੰਨੇ ਨਕਸਲਾਈਟ ਜਿਹੜੇ ਆ ਸਾਰੇ ਉਹ ਫੇਕ ਇਨਕਾਊਂਟਰਾਂ ਦੇ ਵਿੱਚ ਮਾਰੇ ਸੀ। ਬਾਬਾ ਬੂਝਾ ਸਿੰਘ ਜਿਹਨੂੰ ਅੱਖਾਂ ਤੋਂ ਦਿਖਦਾ ਨਹੀਂ ਸੀ, 70 ਸਾਲ ਤੋਂ ਉੱਪਰ ਬਜ਼ੁਰਗ ਸੀਗਾ, ਉਹਨੂੰ ਕਹਿਤਾ ਜੀ ਉਹਨੇ ਮੁਕਾਬਲਾ ਕੀਤਾ, ਉਹਨੂੰ ਦਿਖਦਾ ਤੱਕ ਨਹੀਂ। ਆਹ ਜਿੰਨੇ ਉਹਨਾਂ ਨੇ ਹੱਥ 'ਚ ਹਥਿਆਰ, ਇਸ ਦਾ ਤੁਸੀਂ ਹੁਣ ਆਪਣੇ ਤੌਰ 'ਤੇ ਐਵੀਡੈਂਸ਼ੀਅਲ ਅਨੈਲਿਸਿਸ ਜੇ ਕਰੋ, ਜਦੋਂ ਵਾਰ ਵਾਰ ਬੰਦੇ ਪਹਿਲਾਂ ਹੀ ਇਹਨਾਂ ਦਾ ਇਹਨਾਂ ਦੇ ਸੋ ਕਾਲਡ ਮੁਕਾਬਲਾ, ਜਿਹੜਾ ਇਹੀ ਬੰਦਾ ਜਿਹਦੀ ਅਗਵਾਈ 'ਚ ਹੋਇਆ ਆ ਵੀ ਸੀ ਸਜਨਾਰ ਦੇ, ਕਿ ਉਹ ਕਹਿ ਰਿਹਾ ਕਿ ਉਹਨਾਂ ਨੂੰ ਅਸੀਂ ਖੁੱਲ੍ਹਾ ਛੱਡਿਆ, ਉਹਨਾਂ ਨੂੰ ਕਿਹਾ ਤੁਸੀਂ ਸਬੂਤ ਲੈ ਕੇ ਆਓ। ਪਹਿਲੇ ਕੇਸ 'ਚ ਵੀ ਤੁਸੀਂ ਉਹਨਾਂ ਨੇ ਮੋਟਰਸਾਈਕਲ ਲਿਆਉਣਾ ਸੀ, ਹੋਰ ਕੋਈ ਐਵੀਡੈਂਸ ਇਕੱਠੇ ਕਰਨੇ ਸੀ, ਅਸੀਂ ਉਹਨਾਂ ਨੂੰ ਹੈਂਡਕਫ ਨਹੀਂ ਸੀ ਕੀਤਾ, ਖੁੱਲ੍ਹੇ ਛੱਡਤਾ। ਹੁਣ ਇਹਦੇ ਵਿੱਚ ਵੀ ਖੁੱਲ੍ਹੇ ਛੱਡਿਆ, ਜਦ ਤੁਹਾਨੂੰ ਪਤਾ ਕਿ ਉਹ ਬੰਦੇ ਜਿਹੜੇ ਆ ਵਾਇਲੈਂਟ ਹੋ ਸਕਦੇ, ਤੁਹਾਡੇ ਮੁਕਾਬਲੇ 'ਚ ਆ ਸਕਦੇ ਆ, ਤੁਸੀਂ ਉਹਨਾਂ ਨੂੰ ਖੁੱਲ੍ਹਾ ਛੱਡਿਆ ਕਿਉਂ, ਹੈਂਡਕਫ ਕਿਉਂ ਨਹੀਂ ਕੀਤਾ? ਜੇ ਖੁੱਲ੍ਹਾ ਛੱਡਿਆ ਸੀ ਉਹ ਜੀ ਭੱਜ ਗਏ, ਅਸੀਂ ਉਹਨਾਂ ਨੂੰ ਖੁੱਲ੍ਹਾ ਛੱਡਿਆ, ਉਹ ਰੜਾ ਮੈਦਾਨ ਹੈ, ਉੱਥੇ ਕੁਛ ਨਹੀਂ ਹੈ, ਔਰ 50 ਮੀਟਰ ਦੇ ਅੰਦਰ ਚਾਰੇ ਬੰਦੇ ਢੇਰੀ ਕਰਦੇ, ਔਰ ਉਹਨਾਂ ਨੂੰ ਕਿਹਾ, ਉਹਨਾਂ ਨੇ ਜੀ ਪਹਿਲਾਂ ਸਾਡੇ 'ਤੇ ਪੱਥਰ ਮਾਰੇ। ਜਿਹੜੇ ਬੰਦਿਆਂ ਨੂੰ 2 ਦਿਨ ਫੜ ਕੇ ਸਧਾਰਨ ਟਰੱਕ ਡਰਾਈਵਰ ਹੋਣਗੇ, ਉਹਨਾਂ ਨੇ ਕੁੱਟ ਕੁੱਟ ਕੇ ਉਹਨਾਂ ਦੀਆਂ ਹੱਡੀਆਂ ਭਾਂਤੀਆਂ ਹੋਣੀਆਂ, ਤੁਹਾਡਾ ਕੀ ਖਿਆਲ ਹੈ ਕਿ ਉਹਨਾਂ 'ਤੇ ਜਦੋਂ ਉਹਨਾਂ ਨੂੰ ਛੱਡਣਗੇ ਐਵੀਡੈਂਸ ਇਕੱਠੇ ਕਰੋ ਅਤੇ ਉਹਨਾਂ ਨੂੰ ਕਹਿਣਗੇ ਪੱਥਰ ਮਾਰਨਗੇ ਉਹਨਾਂ 'ਤੇ, ਉਹ ਮੌਬ ਸੀਗੇ, ਉਹ ਰਾਤ ਦੇ ਹਨੇਰੇ 'ਚ ਉਹ ਤਾਂ ਡਰੇ ਪਏ ਮਰੇ ਹੋਣਗੇ ਪਹਿਲਾਂ ਹੀ। ਇਸ ਕਰਕੇ ਇਹਨਾਂ ਨੇ ਕੀ ਕੀਤਾ, ਇਹ ਅਜੇ ਵੀ ਨਹੀਂ ਪਤਾ ਕਿ ਮਾਰ ਕੇ ਉੱਥੇ ਸੁੱਟ ਕੇ ਗੋਲੀ ਮਾਰਤੀ, ਇਹ ਤਾਂ ਬਾਅਦ 'ਚ ਪਤਾ ਲੱਗੂਗਾ। ਹਾਂ, ਪੁਲਿਸ ਦੇ ਜਿਹੜੇ ਕਿੰਨੇ ਤੁਸੀਂ ਕਾਰਨਾਮੇ ਨਿਕਲਣਗੇ ਉਹ ਤਾਂ ਜੇ ਚੰਗੀ ਤਰ੍ਹਾਂ ਇਨਕੁਆਇਰੀ ਹੋ ਗਈ। ਉੱਥੇ ਉਹਨਾਂ ਨੂੰ ਜਦੋਂ ਛੱਡਿਆ ਕਹਿੰਦੇ ਜੀ ਸਾਡੇ 'ਤੇ ਪੱਥਰ ਮਾਰੇ ਅਤੇ ਡੰਡੇ ਮਾਰੇ, ਡੰਡੇ ਕਿੱਥੋਂ ਆ ਗਏ ਉਹਨਾਂ ਕੋਲ, ਉੱਥੇ ਤਾਂ ਕੁਛ ਹੈ ਹੀ ਨਹੀਂ ਡੰਡਾ, ਇਹਦਾ ਮਤਲਬ ਡੰਡੇ ਨਾਲ ਉਹਨਾਂ ਦੀ ਗੱਡੀ 'ਚ ਲੈ ਕੇ ਆਏ ਸੀ ਉਹ, ਜੇ ਉਹ ਗੱਡੀ 'ਚ ਲੈ ਕੇ ਆਏ ਸੀ ਤੁਸੀਂ ਡੰਡੇ ਉਹਨਾਂ ਨੂੰ ਫੜਾਏ ਕਿਉਂ? ਇਹ ਫਿਰ ਉਹ ਜੀ ਇਹਨਾਂ ਦੇ ਸਾਡੇ ਪਿਸਤੌਲ ਖੋਹ ਕੇ ਲੈ ਗਏ, ਪਹਿਲਾਂ ਤਾਂ ਤੁਹਾਨੂੰ ਕੱਢਣਾ ਚਾਹੀਦਾ ਨੌਕਰੀ 'ਚੋਂ। ਜਿਹੜਾ ਬੰਦਾ ਆਪਣਾ ਅਨਲੋਕਡ ਪਿਸਤੌਲ ਹੀ ਨਹੀਂ ਸਾਂਭ ਸਕਦਾ ਪੁਲਿਸ ਵਾਲਾ, ਉਹ ਕਾਹਦਾ ਬੰਦਾ ਆ? ਇਸ ਕਰਕੇ ਤੁਸੀਂ ਉਲਟਾ ਆਪਣੀ ਬਹਾਦਰੀ ਕਹਿ ਰਹੇ ਕਿ ਉਹਨਾਂ ਨੂੰ ਪਿਸਤੌਲ ਫੜਾ ਕੇ, ਫਿਰ ਕਿਸੇ ਨੂੰ ਗੋਲੀ ਨਹੀਂ ਲੱਗੀ? ਜੇ ਉਹ ਇੰਨੇ ਟ੍ਰੇਨਡ ਹੁੰਦੇ, ਹੋ ਸਕਦਾ ਜੇ ਕੋਈ ਉਹਨਾਂ 'ਚੋਂ ਟ੍ਰੇਨਡ ਹੋਵੇ, ਬੰਦਾ ਵੈਸੇ ਟਰੱਕ ਡਰਾਈਵਰ ਹੋਵੇ, ਉਂਝ ਕ੍ਰਿਮੀਨਲ ਟ੍ਰੇਨਡ ਹੋਵੇ, ਅਤੇ ਇਹਨਾਂ ਦੇ ਇੱਕ ਅੱਧੇ ਤਾਂ ਗੋਲੀ ਮਾਰਤਾ ਜਦੋਂ ਪਿਸਤੌਲ ਤੋਂ ਲੈ ਗਏ, ਇਹਨਾਂ ਦੇ ਤਾਂ ਕਿਤੇ ਦੇ ਮਾੜੀ ਜਿਹੀ ਚੋਟ ਵੀ ਨਹੀਂ ਲੱਗੀ, ਇੱਕ ਕਿਸੇ ਨੇ ਮਾੜਾ ਜਿਹਾ ਉਂਝ ਲਾਇਆ ਹੁੰਦਾ ਜਿਵੇਂ ਸਾਡੇ ਪਿੰਡਾਂ 'ਚ ਵੀ ਲਾ ਲੈਂਦੇ ਹੁੰਦੇ ਬਰਾਬਰ ਦਾ 26 ਦਾ ਪਰਚਾ ਬਣਾਉਣ ਲਈ, ਜੋ ਵੀ ਹੈ ਉਸ ਕਿਸਮ ਦਾ
ਇਹ ਸਾਰਾ ਡਰਾਮਾ ਹੋਇਆ ਜਿਹੜੇ ਐਵੀਡੈਂਸ਼ੀਅਲ ਜੋ ਜਿੰਨੇ ਵੀ ਹਾਲਾਤ ਸਾਰੇ ਦੱਸ ਰਹੇ ਆ ਕਿ ਇਹ ਫੇਕ ਇਨਕਾਊਂਟਰ ਹੈ ਜੋ ਹਾਲਾਤ ਦੱਸ ਰਹੇ ਆ। ਪਰ ਤਹਿਕੀਕਾਤ ਸਾਨੂੰ ਵੇਟ ਕਰਨਾ ਚਾਹੀਦਾ, ਪਰ ਇਹ ਬਹੁਤ ਮੰਦਭਾਗਾ ਹੋਊਗਾ। ਪਹਿਲੀ ਗੱਲ ਕਿ ਇਹ ਜਿਹੜੇ ਇਹਨਾਂ ਦੇ ਮਾਰਨਾ, ਜਿੰਨੀ ਵੀ ਅਸੀਂ ਮੌਬ ਹਿਸਟੀਰੀਆ ਜਾਂ ਮੈਂਟੈਲਿਟੀ ਅਸੀਂ ਕਹਿੰਦੇ ਨਾ, ਮਾਰੋ, ਹੈਂਗ ਕਰੋ, ਪਾਰਲੀਮੈਂਟ 'ਚ ਹੋ ਰਿਹਾ ਕਿ ਇਹਨਾਂ ਦਾ ਕੈਸਟ੍ਰੇਟ ਕਰ ਦਿਓ, ਇਹਨਾਂ ਨੂੰ ਇਹ ਕਰ ਦਿਓ, ਸਟੈਰਲਾਈਜ਼ ਕਰ ਦਿਓ, ਇਹ ਕਰ ਦਿਓ, ਇਹ ਕੋਈ ਗੱਲਾਂ ਕਰਨ ਵਾਲੀਆਂ? ਤੁਸੀਂ, ਤੁਹਾਡੇ ਕੋਲ ਸਮਾਜ ਸਾਂਭਿਆ ਨਹੀਂ ਗਿਆ, ਤੁਸੀਂ ਸਮਾਜ ਦੇ ਵਿੱਚ ਬਰਬਰਤਾ ਇੰਨੀ ਭਰੀ ਹੋਈ ਆ, ਨਫ਼ਰਤ ਇੰਨੀ ਭਰੀ ਹੋਈ ਆ, ਗੁੱਸਾ ਇੰਨਾ ਭਰਿਆ ਹੋਇਆ ਲੋਕਾਂ ਦੇ ਵਿੱਚ ਕਿ ਤੁਸੀਂ ਉਸ ਨੂੰ, ਸਮਾਜ ਨੂੰ, ਸੁੰਦਰ ਸਮਾਜ ਜਿੱਥੇ ਸੁੰਦਰ ਲੋਕ ਹੋਣ, ਚੰਗੀ ਸੋਚ ਵਾਲੇ ਹੋਣ, ਹੈਲਦੀ ਲੋਕ ਹੋਣ, ਉਹ ਤਾਂ ਪੈਦਾ ਨਹੀਂ ਕਰ ਸਕੇ। ਉਹ ਸਾਰਿਆਂ ਨੂੰ ਢੱਕਣ ਉੱਤੇ ਢੱਕਣ ਲਾਉਣ ਲਈ ਔਰ ਆਪਣੇ ਆਪ ਨੂੰ ਚੰਗੇ ਦੱਸਣ ਲਈ ਤੁਸੀਂ ਲੋਕਾਂ ਦੇ ਉਸ ਗੁੱਸੇ ਦੇ ਨਾਲ ਹੋ ਕੇ, ਇਹ ਜਿਹੜਾ ਤਰੀਕਾ, ਇਹ ਇਨਸਾਫ ਦਾ ਤਰੀਕਾ ਨਹੀਂ ਹੈ ਔਰ ਨਾ ਦੇਸ਼ ਨੂੰ ਚਲਾਉਣ ਦਾ ਤਰੀਕਾ, ਦੇਸ਼ ਨੂੰ ਕਮਜ਼ੋਰ ਕਰਨ ਦਾ ਤਰੀਕਾ, ਦੇਸ਼ ਨੂੰ ਫਿਰਕਿਆਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਿ ਇਹ ਜੇ ਮੈਂਟੈਲਿਟੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਬਹੁਤ ਹੀ ਲੋਕਾਂ ਦਾ ਜੀਣਾ ਔਖਾ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿੱਥੇ ਸਾਡੇ ਦੇਸ਼ ਦੇ ਵਿੱਚ ਲਗਾਤਾਰ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ, ਰੇਪ ਕੇਸ ਦਿਨ ਬ ਦਿਨ ਵੱਧਦੇ ਜਾ ਰਹੇ ਔਰ ਇੰਨਾ ਹੈਵਾਨੀਅਤ ਸਾਹਮਣੇ ਆ ਰਹੀ ਹੈ, ਉਸ ਨੂੰ ਦੇਖਦੇ ਹੋਏ ਇੱਕ ਲੋਕਾਂ ਦੀ ਧਾਰਨਾ ਹੁਣ ਇਹ ਵੀ ਹੋ ਰਹੀ ਹੈ ਕਿ ਇਸ ਤਰ੍ਹਾਂ ਦਾ ਅਗਰ ਐਨਕਾਊਂਟਰ ਹੋਇਆ ਕਿਤੇ ਨਾ ਕਿਤੇ ਇਹੋ ਜਿਹੀ ਗੰਦੀ ਮੈਂਟੈਲਿਟੀ ਰੱਖਣ ਵਾਲਿਆਂ ਲਈ ਇੱਕ ਡਰ ਬਣ ਜਾਏਗਾ ਜ਼ਰੂਰ ਇਸ ਨੂੰ ਵੇਖ ਕੇ ਕਿ ਇਸ ਤਰ੍ਹਾਂ ਵੀ ਹੋ ਸਕਦਾ। ਅਗਰ ਆਪਾਂ ਕਾਨੂੰਨ ਦੇ ਵਿੱਚ ਆ ਕੇ ਗੱਲ ਕਰੀਏ ਤਾਂ ਕਈ ਦੇਸ਼ਾਂ ਵਿੱਚ ਅਜਿਹੇ ਕਾਨੂੰਨ ਨੇ ਜਿਨ੍ਹਾਂ ਨੂੰ ਸੜਕ ਦੇ ਵਿਚਕਾਰ ਖੜਾ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਉਹਨਾਂ ਨੂੰ ਗੋਲੀ ਮਾਰੀ ਜਾਂਦੀ ਹੈ, ਜਾਂ ਫਿਰ ਸਾਡੇ ਕਾਨੂੰਨ ਵਿੱਚ ਇੰਨੀ ਸਖਤਾਈ ਕਰ ਦਿੱਤੀ ਜਾਵੇ ਤਾਂ ਕਿ ਕਾਨੂੰਨ ਦੇ ਤਰੀਕੇ ਨਾਲ ਅਜਿਹਾ ਚੱਲਿਆ ਜਾਏ ਅਤੇ ਗੰਦੀ ਮਾਨਸਿਕਤਾ ਵਾਲੇ ਲੋਕਾਂ ਨੂੰ ਡਰ ਕਾਨੂੰਨ ਦਾ ਹੀ ਇੰਨਾ ਹੋਵੇ ਕਿ ਇਸ ਤਰ੍ਹਾਂ ਹੋ ਸਕਦਾ। ਦੋ ਤਰੀਕੇ ਨਾਲ ਚੰਗਾ ਸਮਾਜ ਹੋ ਸਕਦਾ ਜੀ, ਇੱਕ ਸਮਾਜ ਦੇ ਵਿੱਚ ਡਰ ਪੈਦਾ ਕਰਕੇ, ਅਤਿਅੰਤ ਦਾ ਡਰ ਕਿ ਲੋਕ ਡਰ ਦੇ ਭੈ ਦੇ ਵਿੱਚ ਹੀ ਜੀਣ। ਦੂਸਰਾ ਇਹ ਹੋ ਸਕਦਾ ਆ ਕਿ ਤੁਸੀਂ ਲੋਕਾਂ ਨੂੰ ਸਿਆਣੇ ਕਰੋ, ਉਹ ਮਾੜਾ ਕੰਮ ਕਰ ਹੀ ਨਾ। ਮੇਰਾ ਖਿਆਲ ਹੈ ਕਿ ਮੈਂ ਇਸ ਗੱਲ ਦੇ ਹੱਕ 'ਚ ਹਾਂ, ਇਹ ਪਰ ਮੈਨੂੰ ਲੱਗਦਾ ਦੂਸਰੀ ਜਿਹੜੀ ਜਿਹੜੀ ਭੈ ਵਾਲੀ ਤੁਸੀਂ ਗੱਲ ਕਹਿੰਦੇ ਆ, ਭੈ ਵਾਲੀ ਗੱਲ ਉਹ ਸਾਡੇ ਦੇਸ਼ 'ਚ ਤੇ ਚੱਲ ਨਹੀਂ ਸਕਦੀ, ਕਿਉਂਕਿ ਉਹਦੇ 'ਚ ਅਲੱਗ ਅਲੱਗ ਸਟੈਂਡਰਡ ਹੋਣਗੇ। ਜੇ ਕੋਈ ਤੁਹਾਡਾ ਆਪਣਾ ਬੰਦਾ ਆਇਆ ਤਾਂ ਫਿਰ ਉੱਥੇ ਕੁਛ ਨਹੀਂ ਹੋਊਗਾ, ਉਹਨੂੰ ਤਾਂ ਪਤਾ ਹੀ ਆ। ਅੱਜ ਕਿਸੇ ਰਾਜਨੀਤਿਕ ਲੋਕ ਨੂੰ ਤੁਸੀਂ ਫੜ ਕੇ ਜੇਲ੍ਹ 'ਤੇ ਦੇ ਸਕਦੇ ਆ? ਉਹ ਗਿਆ ਵਕਤ ਜਦੋਂ ਇੰਦਰਾ ਗਾਂਧੀ ਨੂੰ ਰਾਜ ਨਰਾਇਣ ਨੇ ਉੱਥੇ ਅਲਾਹਾਬਾਦ ਹਾਈਕੋਰਟ ਦੇ ਵਿੱਚ ਉਹਨੂੰ MP ਗਈ ਸੀ, ਅੱਜ ਕੋਈ ਮੋਦੀ ਜੀ ਇਹੋ ਜਿਹਾ ਕੰਮ ਕਰਨ ਤਾਂ ਲੋਕ ਉਹਨੂੰ ਕਟਹਿਰੇ 'ਚ ਖੜਾ ਕਰਕੇ ਤੁਹਾਡਾ ਤੁਸੀਂ ਸੋਚ ਸਕਦੇ ਆ? ਬਿਲਕੁਲ ਨਹੀਂ ਹੁੰਦਾ। ਇਸ ਕਰਕੇ ਕਾਨੂੰਨ ਜਿਹੜਾ ਆ, ਤੁਸੀਂ ਕਹਿੰਦੇ ਨਾ ਕਾਨੂੰਨ ਦਾ ਇੰਨਾ ਡਰ ਹੋਵੇ, ਜੇ ਤਾਂ ਕਾਨੂੰਨ ਨੂੰ ਲਾਗੂ ਕਰਨ ਵਾਲੇ ਸਿਸਟਮ ਬਿਲਕੁਲ ਠੀਕ ਹੈ ਤਾਂ ਡਰ ਹੋਣਾ ਚਾਹੀਦਾ। ਡਰ ਕਿਉਂ ਨਹੀਂ ਹੈ ਇਹਦੀ ਗੱਲ ਕਰੋ ਨਾ। ਡਰ ਇਸ ਕਰਕੇ ਨਹੀਂ ਹੈ ਕਿ ਇਹ ਨਹੀਂ ਕਿ ਕਾਨੂੰਨ ਸਖਤ ਨਹੀਂ ਹੈਗੇ, ਇਸ ਕਰਕੇ ਕਿ ਕਾਨੂੰਨ ਲਾਗੂ ਹੀ ਨਹੀਂ ਹੁੰਦਾ ਔਰ ਕੁਛ ਲੋਕਾਂ ਨੇ ਕਾਨੂੰਨ ਆਪਣੀ ਜੇਬ 'ਚ ਪਾਇਆ। ਨਜਾਇਜ਼ ਬੰਦਿਆਂ ਨੂੰ ਵੀ ਧੱਕੀ ਜਾਂਦੇ ਜੇਲ੍ਹਾਂ 'ਚ, ਪਰਚੇ ਪਾਈ ਜਾਂਦੇ ਆ, ਡਰੱਗ ਆਪਣੇ ਕੋਲੋਂ ਵੀ ਪੁਲਿਸ ਪਾ ਦਿੰਦੀ ਆ। ਕਿੰਨੀ ਵਾਰੀ ਪੁਲਿਸ ਵਾਲੇ ਫੜੇ ਜਾਂਦੇ ਆ? ਆ ਸਾਡੇ ਪੰਜਾਬ ਦੇ ਵਿੱਚ ਹੀ ਜਿਹੜੇ ਪੁਲਿਸ ਵਾਲਿਆਂ ਨੂੰ UP ਵਾਲੇ ਆਏ ਸੀ, ਬੰਦਾ ਮੁੰਡਾ ਮਾਰਤਾ ਅਤੇ ਉਹਨਾਂ ਨੂੰ ਜੇਲ੍ਹਾਂ ਹੋਈਆਂ ਅਤੇ ਮਗਰੋਂ ਜੇਲ੍ਹ ਕੱਟੀ ਨਹੀਂ, ਉਹਨਾਂ ਨੇ ਸਾਲ ਦੋ ਦੋ ਸਾਲ ਬਾਅਦ ਸਾਰਿਆਂ ਨੂੰ ਉਹਨਾਂ ਨੂੰ ਕਰ ਦਿੱਤਾ, ਫਰੀ ਕਰਤਾ। ਔਰ ਜਿਹੜੇ ਸਿੱਖ ਕੈਦੀ ਆ, ਜਿਹੜੇ ਇਹਨੇ ਨੇ ਜਿਹੜੇ ਪੁਰਾਣੇ ਜਿਹੜੇ, ਉਸ ਨੂੰ ਅਜੇ ਤੱਕ ਨਹੀਂ ਕਰ ਰਿਹਾ, ਉਹ ਆਪਣੀਆਂ ਕੈਦਾਂ ਵੀ ਪੂਰੀਆਂ ਕਰ ਚੁੱਕੇ ਆ, ਅਜੇ ਪੂਰੇ ਦੇ ਪੂਰੇ ਰਿਲੀਜ਼ ਨਹੀਂ ਹੋ ਰਹੇ। ਅਤੇ ਆ ਉਹਦੇ ਵਿੱਚ ਬਲਵੰਤ ਸਿੰਘ ਰਾਜੂ ਉਹਨਾਂ ਦਾ ਕੇਸ ਵੀ ਹੈ ਕਿ ਦੁਬਾਰਾ ਕੋਈ ਕਹਿੰਦੇ ਉਹਨੂੰ ਮੁੱਕਰ ਹੀ ਗਏ ਕਹਿ ਕੇ, ਕਿ ਉਹ ਚਿੱਠੀ ਕੱਢ ਕੇ ਵੀ ਮੁੱਕਰ ਗਏ। ਇੱਕ ਮਤਲਬ ਇਸ ਕਿਸਮ ਦੀ ਜਦੋਂ ਕਾਨੂੰਨ ਦੀ ਤੁਸੀਂ ਗੱਲ ਕਹਿੰਦੇ ਨਾ ਡਰ ਹੋਵੇ, ਤਾਂ ਕਾਨੂੰਨ ਦਾ ਡਰ ਤਾਂ ਹੋਵੇ ਪਰ ਲਾਗੂ ਕਿਹਦੇ ਹੱਥ 'ਚ ਕਾਨੂੰਨ ਹੋਵੇ? ਹੱਥ 'ਚ ਜੇ ਪੁਲਿਸ ਦੇ ਹੋਊਗਾ ਤਾਂ ਫਿਰ ਤਾਂ ਉਹ ਆਪਣੀਆਂ ਮਰਜ਼ੀਆਂ ਕਰੂਗੀ। ਇਸ ਕਰਕੇ ਇਹ ਇੰਨਾ ਸੌਖਾ ਨਹੀਂ ਹੈ। ਮੈਨੂੰ ਲੱਗਦਾ ਕਿ ਇਹਦੇ ਨਾਲ ਸੌਖਾ ਤਰੀਕਾ ਇਹ ਹੈ ਕਿ ਜੇ ਸਮਾਜ ਸੁਹਿਰਦ ਔਰ ਜ਼ਿੰਮੇਵਾਰ ਸਮਾਜ ਪੈਦਾ ਕੀਤਾ ਜਾਏ, ਤੁਸੀਂ ਡੰਡੇ ਦੇ ਨਾਲ ਡਰਾ ਕੇ ਬਹੁਤੀ ਦੇਰ ਉਹ ਚੱਲ ਨਹੀਂ ਸਕਦਾ ਹੁੰਦਾ, ਕਿਤੇ ਨਾ ਕਿਤੇ ਲੋਕ ਜਿਹੜੇ ਆ ਉਸ ਕਿਸਮ ਦੇ ਹੋਰ ਪੈਦਾ ਹੋ ਜਾਂਦੇ ਹੁੰਦੇ ਆ। ਚੰਗਾ ਸਮਾਜ, ਸਮਝਦਾਰ, ਜ਼ਿੰਮੇਵਾਰ ਸਮਾਜ ਜੇ ਪੈਦਾ ਕਰੋਗੇ ਤਾਂ ਇਹੋ ਜਿਹੇ ਤੁਹਾਨੂੰ ਬਹੁਤੀ ਸਟੇਟ ਦੀ ਇੰਟਰਵੈਂਸ਼ਨ ਦੀ ਲੋੜ ਹੀ ਨਹੀਂ। ਜੀ ਬਿਲਕੁਲ। ਸੋ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਹੋਇਆ ਐਨਕਾਊਂਟਰ ਹੋਇਆ, ਚਾਹੇ ਜੋ ਸਾਡੇ ਦੇਸ਼ ਦੀ ਜਨਤਾ ਉਸਦੇ ਹੱਕ ਵਿੱਚ ਬੋਲ ਰਹੀ ਹੈ, ਪਰ ਕਿਤੇ ਨਾ ਕਿਤੇ ਇਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਇਹ ਚੀਜ਼ਾਂ ਨੂੰ ਦਾ ਅਸੀਂ ਇਹ ਨਹੀਂ ਕਹਿ ਸਕਦੇ ਇਨਸਾਫ ਹੋ ਗਿਆ, ਕਿਉਂਕਿ ਇੱਕ ਇਗਜ਼ਾਮਪਲ ਦੇ ਨਾਲ ਅਗਰ ਹੋਰ ਵੀ ਐਵੇਂ ਚੱਲਣ ਲੱਗੇ ਤਾਂ ਕਈ ਬੇਇਨਸਾਫ ਲੋਕ ਵੀ ਇਸ ਦੇ ਵਿੱਚ ਆ ਸਕਦੇ।